ਮੈਨੂੰ ਬੜੀ ਖੁਸ਼ੀ ਹੈ ਕਿ ਬੇਸ ਘਟਾਓ ਸਗੋਂ ਘਟਾਓ ਵੀ ਮੈਨੂੰ ਅੱਜ ਬੇਸ ਘਟਾਓ ਖੁਸ਼ੀ ਹੈ ਕਿ ਬੜਾ ਸਾਰਾ ਸਾਡੀ ਬਣਾਇਆ ਹੋਇਆ ਸਪੈਸ਼ਲੀ ਔਰ ਉੱਥੇ ਰੱਖ ਲਈ ਮੈਂ ਕਾਫੀ ਅੱਛੇ ਅੱਛੇ ਗਾਣੇ ਸੁਣੇ ਔਰ ਜਦੋਂ ਗਰੁੱਪ ਦੇ ਵਿੱਚ ਸਭ ਲਿਖ ਰਹੇ ਸੀ ਤਾਂ ਮੇਰੇ ਅਸੀਂ ਬੜੀ ਪ੍ਰੋਬਲਮ ਸੀ ਕਹਿ ਕੇ ਕਰਾਂ ਸਾਰਿਆਂ ਨੇ ਸਾਰੀ ਲਾਈਨ ਮੁਕੇਸ਼ ਲਿਖੀ ਹੋਈ ਕੁਝ ਨਾ ਕੋਈ ਤਾਂ ਕੋਸ਼ਿਸ਼ ਕਰਾਂਗਾ ਥੋੜ੍ਹੀ ਥੋੜ੍ਹੀ ਬਹੁਤ ਸੋ ਮੈਂ ਸਭ ਨੂੰ ਰਿਕੁਐਸਟ ਕਰਾਂਗਾ ਕਿ ਜੋ ਵੀਡੀਓ ਬਣਾ ਰਹੇ ਨੇ ਤਾਂ ਵੀਡੀਓ ਛੱਡ ਕੇ ਜਿਹੜਾ ਨਾਲ ਤਾੜੀਆਂ ਵੜਨ ਦੇ ਜ਼ਿਆਦਾ ਅੱਛਾ ਰਹੇਗਾ ਕਿਉਂਕਿ ਕਿਸ਼ੋਰ ਦੇ ਸੋਰੀ ਮੁਕੇਸ਼ ਜੀ ਦੇ ਗਾਣੇ ਮੈਂ ਵੈਸੇ ਚਾਹੁੰਦਾ ਸੀ ਕਿ ਮੈਂ ਐਂਡ ਦੇ ਵਿੱਚ ਇੱਕ 5 ਮਿੰਟ ਲਾਵਾਂਗਾ ਮੈਂ ਹਾਰਮੋਨੀਅਮ ਲੈ ਕੇ ਆਇਆ ਕਿ ਸਾਰੇ ਵੈਰੀ ਗੁੱਡ ਮੈਂ ਵੈਸੇ ਪੁੱਛਣਾ ਚਾਹੁੰਦਾ ਆਪਣੇ ਸਾਰੇ ਸ਼ਰੋਤਿਆਂ ਨੂੰ ਕਿ ਕਿਸੇ ਨੇ ਫਾਰਮਲ ਮਿਊਜ਼ਿਕ ਦੀ ਟ੍ਰੇਨਿੰਗ ਲਈ ਹੋਈ ਹੈ ਗਾਣ ਤੋਂ ਪਹਿਲੇ ਮੈਂ ਸਰ ਕਿਸੇ ਨੇ ਕੋਈ ਲਈ ਹੋਈ ਹੈ ਫਾਰਮਲ 20 ਸਾਲ ਚਲੋ ਫਿਰ ਤੁਸੀਂ ਤਾਂ ਮਾਸਟਰ ਹੋ ਲੇਕਿਨ ਮੈਂ ਤੁਹਾਨੂੰ ਆਪਣੀ ਗੱਲ ਦੱਸ ਰਿਹਾ ਕਿ ਪਿਛਲੇ 10-12 ਸਾਲਾਂ ਤੋਂ ਮੈਂ ਬਹੁਤ ਕੋਸ਼ਿਸ਼ ਕਰਦਾ ਰਿਹਾ ਸੀ ਕਿ ਮੈਂ ਗਾਣਾ ਅੱਛੀ ਤਰ੍ਹਾਂ ਸਿੱਖ ਸਕਾਂ ਗਾ ਸਕਾਂ ਔਰ ਜਿੰਨੇ ਵੀ ਮਿਊਜ਼ਿਕ ਟੀਚਰ ਮਿਲੇ ਜਿੰਨੇ ਵੀ ਸਿੰਗਰ ਮਿਲੇ ਜਿੰਨੇ ਨੇ ਵੀ ਕੋਸ਼ਿਸ਼ ਕੀਤੀ ਮੇਰੇ ਸਾਹਮਣੇ ਗਾਉਣ ਦੀ ਜਾਂ ਮੈਂ ਦੇਖ ਕੇ ਜਿਹਨੂੰ ਮੈਂ ਲੈ ਕੇ ਆਇਆ ਦੀਪਕ ਸਿੱਧਾ ਨੂੰ ਕਿਸੇ ਨੇ ਇੱਕ ਚੀਜ਼ ਨਹੀਂ ਸਿਖਾਈ ਸਰ ਆਉਂਦਾ ਹੈ ਕਿਸੇ ਨੂੰ ਨਹੀਂ ਟੋਟਲ ਝੂਠ ਸਿਰਫ ਟੀਚਰਾਂ ਸਿਰਫ ਇੱਕੋ ਹੀ ਸਿਰਫ ਇੱਕੋ ਹੀ ਕੋਸ਼ਿਸ਼ ਉਹਨਾਂ ਦੀ ਕਿ ਮੇਰੇ ਤੋਂ ਵੀ ਨਾ ਨਾਲ ਜਾਣ ਬਿਲਕੁਲ ਔਰ ਜੋ ਮੈਂ 10-12 ਸਾਲ ਤੋਂ ਸਿੱਖਿਆ ਮੈਂ ਤੁਹਾਨੂੰ ਸਿਰਫ 3 ਮਿੰਟ ਸਮਝਾਵਾਂਗਾ ਔਰ ਤੁਸੀਂ ਦੇਖਣਾ ਕਿ ਤੁਹਾਡੇ 3 ਮਿੰਟਾਂ ਤੋਂ ਬਾਅਦ ਤੁਹਾਡੀ ਆਪਣੀ ਸਿੰਗਿੰਗ ਕਿੰਨੀ ਜ਼ਿਆਦਾ ਇੰਪਰੂਵ ਹੋਈ ਅਗਰ ਤੁਸੀਂ ਚਾਹੋ ਤਾਂ ਸਿਰਫ 5 ਮਿੰਟ ਲਵਾਂਗਾ ਤੁਹਾਡੇ ਤੋਂ ਠਹਿਰ ਕੇ ਅਗਰ ਤੁਸੀਂ ਠੀਕ ਸਮਝੋ ਤਾਂ ਮੈਨੂੰ ਦੱਸ ਦੇਣਾ ਕੋਈ ਗੱਲ ਨਹੀਂ ਸੋ ਮੈਂ ਥੋੜ੍ਹਾ ਜਿਹਾ ਆਫ ਬੀਟ ਗਾਣਾ ਲੋਕੇਸ਼ਨ ਆਉਂਦਾ ਥੋੜ੍ਹਾ ਫਾਸਟ ਕੋਸ਼ਿਸ਼ ਕਰਾਂਗਾ ਤੁਹਾਡੇ ਸਾਹਮਣੇ ਗਾਉਣ ਦੀ ਕਿਉਂਕਿ ਸਾਰੇ ਲੋਕ ਆਲਮੋਸਟ 55 ਈਅਰਸ ਉੱਪਰ ਹੈ ਆਈ ਥਿੰਕ 60 ਤੋਂ ਵੀ ਸ਼ਾਇਦ ਤੁਸੀਂ ਹੋਣਗੇ ਥੋੜ੍ਹੇ ਹੋਣਗੇ 55 ਤੋਂ ਘੱਟ ਬਾਕੀ ਬਹੁਤੇ ਜਿਹੜਾ ਕਿਉਂਕਿ ਸਾਡੀ ਆਪਣੀ ਸਭ ਦੀ ਆਵਾਜ਼ ਵੈਸੇ ਮੁਕੇਸ਼